ਲਓ ਜੀ ਦੋਸਤੋ, ਤੁਹਾਨੂੰ ਆਪਾਂ ਇੱਕ ਤੋਕੜ ਕੱਬਣ ਚੈੱਕ ਪਾਸ ਮੱਝ ਦਿਖਾਉਂਦੇ ਹਾਂਗੇ। ਬਾਡੀ ਬਾਂਦਰ ਦੀ ਬਹੁਤ ਚੰਗੀ ਹੈਗੀ, ਸੰਵੀ ਵਾਲੀ ਵੀ ਚੰਗੀ ਹੈ, ਪੂਰੀ ਰਾਜੀ ਹੈਗੀ, ਹੱਡਾਂ ਪੈਰਾਂ ਦੀ ਮਜ਼ਬੂਤ ਹੈਗੀ ਅਤੇ ਥਣ ਲੇਵੇ ਦੀ ਵੀ ਪੂਰੀ ਸਾਫ਼ ਹੈਗੀ। ਤੁਸੀਂ ਦੇਖ ਕਿਵੇਂ ਤੋਕੜ ਕੱਬਣ ਹੈਗੀ, 9 ਕਿਲੋ ਦੁੱਧ ਆ, 3.5 ਮਹੀਨੇ ਦੀ ਕੱਬਣ ਆ, ਚੈੱਕ ਕਰਾਈ ਵੀ ਹੈਗੀ, ਠੀਕ ਆ। ਅਤੇ ਬੱਚਾ ਕੱਟ ਅਤੇ ਦੇਖ ਸਕਦੇ ਹੋ ਤੁਸੀਂ, ਬਹੁਤ ਸੋਹਣੀ ਝੋਟੀ ਹੈਗੀ, ਕੱਦ ਕਾਟ ਵੀ ਚੰਗੇ ਦੇ ਵਿੱਚ ਆ, ਸਿੰਗਾਂ ਦੀ ਵੀ ਕੁੰਡੀ ਹੈਗੀ ਅਤੇ ਪਿੱਠ ਬੁੜਾ ਵੀ ਦੇਖ ਸਕਦੇ ਹੋ ਅਤੇ ਆਡਰ ਵੀ ਦੇਖ ਸਕਦੇ ਹੋ, ਬਹੁਤ ਸੋਹਣਾ ਜ਼ਬਰਦਸਤ ਆਡਰ ਹੈਗਾ ਅਤੇ ਥਣਾਂ ਦਾ ਸਾਈਜ਼ ਵੀ, ਇਹ ਪੂਰੀ ਸਾਫ਼ ਸੁਥਰੀ ਹੈਗੀ, ਆਡਰ ਵੀ ਚੰਗੇ ਆ ਅਤੇ ਹੈ ਵੀ ਸਾਫ਼ ਸੁਥਰੀਆਂ ਦੋਵੇਂ ਥੱਲੇ ਦੀਆਂ ਅਤੇ ਥਣਾਂ 'ਚ ਵਿੱਥੀ ਬੁੱਥੀ, ਦੋਨੇ ਝੋਟੀਆਂ ਪੂਰੀਆਂ ਟੌਪ ਆ ਗਈਆਂ, ਕੋਈ ਕਮੀ ਨਹੀਂ, ਮਿਲਕ ਬਿਊਟੀ ਵਾਲੀਆਂ ਝੋਟੀਆਂ ਗਈਆਂ ਦੋਵੇਂ, ਪਿੱਠ ਬੁੜੇ ਦੀ ਚੌੜੀ ਆ, ਆਡਰ ਦੇਖ ਸਕਦੇ ਹੋ, ਆਡਰ ਬਹੁਤ ਵਧੀਆ ਹੈਗਾ, ਬਹੁਤ ਜ਼ਬਰਦਸਤ ਆਡਰ ਹੈਗਾ ਅਤੇ ਥਣ ਥੁਣ ਵੀ ਬਹੁਤ ਸੋਹਣੇ ਹੈਗੇ, ਤੁਸੀਂ ਦੇਖ ਸਕਦੇ ਹੋ। ਲਓ ਜੀ ਦੋਸਤੋ, ਤੁਹਾਨੂੰ ਆਪਾਂ ਇੱਕ ਤੋਕੜ ਕੱਬਣ ਚੈੱਕ ਪਾਸ ਮੱਝ ਦਿਖਾਉਂਦੇ ਹਾਂਗੇ। ਬਾਡੀ ਬਾਂਦਰ ਦੀ ਬਹੁਤ ਚੰਗੀ ਹੈਗੀ, ਸੰਵੀ ਵਾਲੀ ਵੀ ਚੰਗੀ ਹੈ, ਪੂਰੀ ਰਾਜੀ ਹੈਗੀ, ਹੱਡਾਂ ਪੈਰਾਂ ਦੀ ਮਜ਼ਬੂਤ ਹੈਗੀ ਅਤੇ ਥਣ ਲੇਵੇ ਦੀ ਵੀ ਪੂਰੀ ਸਾਫ਼ ਹੈਗੀ, ਤੁਸੀਂ ਦੇਖ ਸਕਦੇ ਹੋ। ਥੱਲੇ ਤੋਂ ਥਣ ਥੁਣ ਬਹੁਤ ਚੰਗੇ ਹੈਗੇ, ਮੁੱਢ ਮੋਟਾ ਥੱਲੇ ਤੋਂ ਪਤਲੀ ਹੈਗੀ ਅਤੇ ਸਿੰਗ ਮੀਣੇ ਆ, ਦੇਖ ਸਕਦੇ ਹੋ ਤੁਸੀਂ। ਆਡਰ ਵੀ ਬਹੁਤ ਸੋਹਣਾ ਦਿਖਾਉਂਦੀ ਹੈ, ਪਿੱਠ ਪੁੜੇ ਦੀ ਵੀ ਚੰਗੀ ਹੈ, ਪੂਰੀ ਸਾਂਭੀ ਬੜੀ ਵਧੀਆ ਹੈਗੀ ਪੂਰੀ, ਅਤੇ ਥਣ ਥੁਣ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ, ਇਹਦੇ ਆਡਰ ਵੀ ਦੇਖ ਸਕਦੇ ਹੋ, ਬਹੁਤ ਸੋਹਣਾ ਆਡਰ ਹੈਗਾ, ਨਾੜਾਂ ਨੂੜਾਂ ਵੀ ਚੰਗੀਆਂ ਅਤੇ ਥਣਾਂ ਦਾ ਸਾਈਜ਼, ਥਣਾਂ ਦੇ ਵਿੱਚ ਬਿੱਥੀ ਅਤੇ ਲੇਵਾ ਬਹੁਤ ਸੋਹਣਾ ਹੈਗਾ, ਨਾੜਾਂ ਵੀ ਬਹੁਤ ਆ ਅਤੇ ਥਣਾਂ ਦਾ ਸਾਈਜ਼ ਮੁੱਠੀ ਵਾਲੀ ਚਵਾਈ ਵਾਲੇ ਥਣ ਹੈਗੇ, ਦੇਖ ਸਕਦੇ ਹੋ ਤੁਸੀਂ। ਬੰਦ ਹਵਾਨੇ ਦੇ ਵਿੱਚ ਹੈਗੀ ਅਤੇ ਪੂਰੀ ਸਾਫ਼ ਸੁਥਰੀ ਹੈ ਥੱਲੇ ਦੀ, ਅਤੇ ਬਾਕੀ ਕੱਦ ਕਾੜ ਦਰਮਿਆਨੇ ਦੇ ਵਿੱਚ ਹੈਗੀ ਅਤੇ ਸਿੰਗ ਮੀਣੇ ਆ, ਤੁਸੀਂ ਦੇਖ ਸਕਦੇ ਹੋ, ਅਤੇ ਲੱਸੀ ਨਹੀਂ, ਵਜਨ ਵੀ ਬਹੁਤ ਆ, ਤੁਸੀਂ ਦੇਖ ਸਕਦੇ ਹੋਗੇ। ਅਤੇ ਡਿਟੇਲ ਆਪਾਂ ਬਾਈ ਤੋਂ ਪੁੱਛ ਲਾਂਗੇ ਸਾਰੀ, ਬੱਚਾ ਇਹਦਾ ਕੱਟਾ ਹੈਗਾ, ਆਹ ਖੜਾ ਹੈਗਾ। ਤੋਕੜ ਕੱਬਣ ਚੈੱਕ ਪਾਸ ਹੈਗੀ, ਬਾਕੀ ਆਪਾਂ ਡਿਟੇਲ ਦੁਆਰੇ ਪੁੱਛ ਲਾਂਗੇ। ਥੱਲੇ ਦੀ ਬਹੁਤ ਸਾਫ਼ ਸੁਥਰੀ ਹੈਗੀ ਅਤੇ ਬੇਫਿਕਰ ਹੋ ਕੇ ਤੁਸੀਂ ਆ ਸਕਦੇ ਹੋ, ਅਤੇ ਡਿਟੇਲ ਆਪਾਂ ਬਾਕੀ ਬਾਈ ਤੋਂ ਪੁੱਛਦੇ ਹਾਂ ਅਤੇ ਨੰਬਰ ਵੀ ਲੈਂਦੇ ਹਾਂ ਅਤੇ ਇਸ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਗਾਹਕ ਮੱਝ ਨੂੰ ਲੱਗੀ ਜਾਂਦੇ ਹੈਗੇ, ਮੱਝ ਚੰਗੀ ਹੈਗੀ, ਮੈਦਾ ਵੀ ਵਿਕ ਜੂਗੀ, ਬਾਕੀ ਆਪਾਂ ਡਿਟੇਲ ਲੈ ਕੇ ਦੇਵਾਂਗੇ ਬਾਈ ਤੋਂ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਬਾਈ, ਜਿਹੜੀ ਆਪਾਂ ਇਹ ਮੱਝ ਦਿਖਾਈ ਹੈਗੀ, ਇਹ ਕਿਵੇਂ ਤੋਕੜ ਕੱਬਣ ਹੈਗੀ? 9 ਕਿਲੋ ਦੁੱਧ ਆ, 3.5 ਮਹੀਨੇ ਦੀ ਕੱਬਣ ਆ, ਚੈੱਕ ਕਰਾਈ ਵੀ ਹੈਗੀ, ਠੀਕ ਆ। ਅਤੇ ਬੱਚਾ ਕੱਟਾ ਗਾ, ਠੀਕ ਆ, ਇੱਧਰ ਖੜਾ ਜਿਹੜਾ ਹੈ ਨਾ, ਠੀਕ ਆ। ਅਤੇ ਮਿਲਦੀ ਕਿਵੇਂ ਬਾਈ? ਕੱਟੇ ਦੀ ਮਿਲਦੀ ਹੈਗੀ, ਊਂਠ ਸੀਲ ਹੈ ਜਮਾਂ, ਠੀਕ ਆ। ਸੂਆ ਕਿਹੜਾ ਕਹਿੰਦਾ? ਪੰਜਵਾਂ ਜਾਂ ਛੇਵਾਂ ਹੋਊਗਾ, ਅਤੇ ਹੈ ਘਰ ਦੀ ਹੈਗੀ? ਲਈ ਵੀ ਆ, ਕੰਮ ਵਪਾਰ ਦਾ ਕੰਮ ਆ? ਅੱਛਾ, ਪਹਿਲਾਂ ਲਈ ਸੀ, ਊ ਜਾਣੀ ਘਰ ਦੋ ਕੋਈ ਮੰਨ ਲਗੇ, ਦੂਜੇ ਸੂਏ ਜਾਣੀ ਆਪਣੇ ਕੋਲ ਸੂਈ ਆ, ਜਾਣੀ ਘਰ ਦੋ ਕੋਈ ਹੋ ਗਈ, ਠੀਕ ਆ। ਅਤੇ ਅੱਛਾ, ਜਾਣੀ ਲਈ ਵੀ ਪਹਿਲਾਂ ਦੀ ਹੈਗੀ, ਠੀਕ ਆ, ਠੀਕ ਆ। ਅਤੇ ਇਹਦਾ ਮੁੱਲ ਬਈ? ਮੁੱਲ 80,000 ਆ। ਕਿੱਥੋਂ ਕਦੋਂ ਛੱਡਣੀ ਆਪਾਂ?
75 ਹਜ਼ਾਰ ਦੀ, ਬਾਕੀ ਮੌਕੇ ਤੇ ਹੋ ਜੂਗਾ। ਤੇ ਜਿਹੜੇ ਗਾਹਕ ਲੱਗੇ ਹੋਏ ਸੀ ਕਿੰਨੇ ਪੈਸੇ ਲਾਉਂਦੇ ਸੀ ਉਹ? ਬਸ ਲਾਈ ਜਾਂਦੇ ਸੀ, ਕੱਟ ਲਾਉਂਦੇ ਸੀਗੇ। ਠੀਕ ਆ। ਤੇ ਆਪਣਾ ਪਿੰਡ ਕਿਹੜਾ ਗਾ? ਫੂਲੇ ਵਾਲਾ, ਜ਼ਿਲ੍ਹਾ ਬਠਿੰਡਾ। ਕੰਟੈਕਟ ਨੰਬਰ? ਅੱਛਾ, ਉਹ ਬਾਬੇ ਤੋਂ ਪੁੱਛਾਂ। ਲਓ ਜੀ ਦੋਸਤੋ, ਤੁਹਾਨੂੰ ਜਿਹੜੀ ਇਹ ਮੱਝ ਦਿਖਾਈ ਆਪਾਂ ਤੋਕੜ ਕੱਬਣ, ਅਤੇ ਇਸ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈਆਂ ਦੇ ਨਾਲ। ਅਤੇ ਬਾਈਆਂ ਦੇ ਊਂ ਨੰਬਰ ਯਾਦ ਨਹੀਂ ਸੀਗਾ, ਤੁਹਾਨੂੰ ਆਪਾਂ ਬੋਲ ਵੀ ਦਿੰਦੇ ਹਾਂਗੇ। 84 373 60 497, 84 373 60 497, ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਇਸ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। ਮੱਝ ਸਾਫ਼ ਸੁਥਰੀ ਆ, ਠੰਡੀ ਸੀਲ ਆ, ਸਾਹਮਣੇ ਤੁਸੀਂ ਦੇਖ ਸਕਦੇ ਹੋ, ਗਾਲਾ ਨਹੀਂ ਪੱਟਿਆ ਇਹਨੇ, ਨਹੀਂ ਪਸ਼ੂ ਡਰਦੇ ਹੈਗੇ ਮੰਡੀ 'ਚ। ਅਤੇ ਬਾਕੀ ਥਾਣਲੇ ਦੇ ਵੇ ਦੀ ਵੀ ਥੱਲਿਓਂ ਪੂਰੀ ਸਾਫ਼ ਆ ਗਈ ਅਤੇ ਚੰਗੀ ਆ। ਬਾਕੀ ਇਹਨੂੰ ਪਸੰਦ ਆਉਂਦੀ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਅਤੇ ਚੈੱਕ ਕਰਵਾ ਸਕਦੇ ਹੋ। ਲਓ ਵੀ ਦੋਸਤੋ, ਤੁਹਾਨੂੰ ਆਪਾਂ ਦੋ ਝੋਟੀਆਂ ਦਿਖਾਉਂਦੇ ਹਾਂਗੇ, ਇੱਕ ਬਾਈ ਨੀਲੀ ਰਾਵੀ 'ਚ ਲੈ ਕੇ ਆਇਆ ਅਤੇ ਇੱਕ ਮੋਹਰਾ 'ਚ ਲੈ ਕੇ ਆਇਆ। ਅਤੇ ਦੇਖ ਸਕਦੇ ਹੋ ਤੁਸੀਂ, ਬਹੁਤ ਸੋਹਣੀ ਝੋਟੀ ਹੈਗੀ, ਕੱਦ ਕਾਠ ਵੀ ਚੰਗੇ ਦੇ ਵਿੱਚ ਆ, ਸਿੰਗਾਂ ਦੀ ਵੀ ਕੁੰਡੀ ਹੈਗੀ, ਅਤੇ ਪੈੱਠ ਬੁੜਾ ਵੀ ਦੇਖ ਸਕਦੇ ਹੋ, ਅਤੇ ਆਰਡਰ ਵੀ ਦੇਖ ਸਕਦੇ ਹੋ, ਬਹੁਤ ਸੋਹਣਾ ਜ਼ਬਰਦਸਤ ਆਰਡਰ ਹੈਗਾ। ਅਤੇ ਥਣਾਂ ਦਾ ਸਾਈਜ਼ ਵੀ, ਇਹ ਪੂਰੀ ਸਾਫ਼ ਸੁਥਰੀ ਹੈਗੀ, ਫੇਸ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ, ਵੇਲ ਵੀ ਬਹੁਤ ਆ, ਕੱਦ ਵੀ ਬਹੁਤ ਆ, ਅਤੇ ਥਣਾਂ ਦੇ ਵਿੱਚ ਵਿੱਥੀ ਵੀ ਬਹੁਤ ਆ, ਕਿਸੇ ਪਾਸਿਓ ਮਤਲਬ ਕਿ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ। ਦੇਖ ਸਕਦੇ ਹੋ ਤੁਸੀਂ ਪੈੱਠ ਪੁੜਾ ਦੁਬਾਰੇ, ਅਤੇ ਆਰਡਰ ਥਣਾਂ ਦਾ ਸਾਈਜ਼ ਦੇਖ ਸਕਦੇ ਹੋ ਦੁਬਾਰੇ, ਅਤੇ ਬੰਦ ਹਵਾਨੇ ਦੇ ਵਿੱਚ ਹੈਗੀ, ਆਰਡਰ ਮੋਹਰ ਨੂੰ ਵੀ ਚੰਗਾ ਦਿਖਾਉਂਦੀ ਆ, ਅਤੇ ਬੈਕ ਸਾਈਡ ਨੂੰ, ਅਤੇ ਬਾਡੀ ਬਾਂਤਰ ਵੀ ਪੂਰੀ ਚੰਗੀ ਆ ਇਹਦੀ। ਦੋ ਲੈ ਕੇ ਆਇਆ ਬਾਈ ਦੂਜੇ ਨੰਬਰ 'ਤੇ ਤੁਹਾਨੂੰ ਆਪਾਂ, ਉੱਧਰ ਪਰਾਂ ਖੜੀ ਆ ਝੋਟੀ ਨੀਲੀ ਰਾਵੀ ਦੇ ਵਿੱਚ, ਕੱਦ ਕਾਠ ਉਹ ਛੋਟੇ ਦੇ ਵਿੱਚ ਹੀ ਆ, ਅਤੇ ਉਹਦੇ 'ਤੇ ਵੀ ਤੁਸੀਂ ਨਿਗਾਹ ਮਾਰ ਲਓ, ਦੇਖ ਸਕਦੇ ਹੋ ਸਿੰਗ ਦੇਖ ਸਕਦੇ ਹੋ ਇਹਦੇ, ਅਤੇ ਕੱਦ ਕਾਠ ਛੋਟੇ ਦੇ ਵਿੱਚ ਆ, ਦਰਮਿਆਨੇ ਰੇਟ ਦੀ ਹੈਗੀ, ਜਮੀ ਛੋਟੀ ਜੀ ਹੈਗੀ, ਅਤੇ ਹੈ ਨੀਲੀ ਰਾਵੀ ਦੇ ਵਿੱਚ ਪੈਂਦੀ ਆ, ਦੇਖ ਸਕਦੇ ਹੋ ਤੁਸੀਂ। ਬਾਡੀ ਬਾਂਤਰ ਜਿਹੇ ਜੀ ਵੀ ਹੈਗੀ ਆ, ਹੈ ਚੰਗੀ ਆ, ਪਰ ਬੈਦ ਦੇ ਹਿਸਾਬ ਨਾਲ ਥਣਾਂ 'ਚ ਵਿੱਥੀ ਵੀ ਚੰਗੀ ਆ, ਥਣ ਵੀ ਸੋਹਣੇ ਹੈਗੇ, ਹੈ ਜਾਣੀ ਕਿ ਛੋਟੇ ਭਾਅ ਦੀ ਹੋਊਗੀ ਇਹ। ਅਤੇ ਬਾਈ ਤੋਂ ਆਪਾਂ ਡਿਟੇਲ ਦੋਨਾਂ ਝੋਟੀਆਂ ਦੀ ਪੁੱਛ ਲੈਂਦੇ ਹਾਂ। ਜਿਹੜੀ ਪਹਿਲੇ ਨੰਬਰ 'ਤੇ ਮੋਹਰਾ ਹੀ ਤੋਰ ਕੇ ਦਿਖਾਈ ਹੈ, ਇਹ ਤਾਂ ਝੋਟੀ ਬਹੁਤ ਜ਼ਿਆਦਾ ਚੰਗੀ ਹੈਗੀ, ਅਤੇ ਸ਼ੌਕੀਨ ਝੋਟੀ ਹੈ ਪੂਰੀ, ਕੋਈ ਕਮੀ ਨਹੀਂ ਹੈਗੀ ਇਹਦੇ ਵਿੱਚ, ਦੇਖ ਸਕਦੇ ਫੇਸ ਕੁਆਲਿਟੀ ਦੁਬਾਰੇ ਦੇਖ ਸਕਦੇ ਹੋ, ਅਤੇ ਆਰਡਰ ਦੇਖ ਸਕਦੇ ਹੋ। ਅਤੇ ਆਪਾਂ ਬਾਈ ਤੋਂ ਡਿਟੇਲ ਪੁੱਛਦੇ ਇਹਨਾਂ ਦੋਨਾਂ ਦੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਬਾਈ ਕਿਹੜੇ ਪਿੰਡੋਂ ਪਹੁੰਚੇ ਆਪਾਂ? ਬਾਂਦਰ ਡੋੜ, ਬਾਜੇ ਕੋਲੇ। ਜ਼ਿਲ੍ਹਾ ਕਿਹੜਾ ਪੈ ਜਾਂਦਾ? ਜ਼ਿਲ੍ਹਾ ਮੋਗਾ। ਠੀਕ ਆ। ਅਤੇ ਜਿਹੜੀ ਬਾਈ ਆਪਾਂ ਇਹ ਪਹਿਲੇ ਨੰਬਰ 'ਤੇ ਝੋਟੀ ਤੋਰ ਕੇ ਦਿਖਾਈ ਸੀ ਮੋਹਰਾ ਦੇ ਵਿੱਚ, ਇਹਦੀ ਕੀ ਡਿਟੇਲ ਆ, ਕਿਹੜੇ ਸੂਏ ਸੂਈ ਵੀ ਹੈਗੀ? ਦੂਜੇ ਸੂਏ ਸੂਈ ਵੀ ਆ, 15-16 ਤਿਆਰ ਆ, ਜਮ੍ਹਾਂ ਤੋਲਣ ਵਾਲਾ। ਠੀਕ ਆ, ਤਸੱਲੀ ਕਰ ਸਕਦਾ ਕੋਈ ਵੀ? ਠੀਕ ਆ। ਅਤੇ ਇਹਨੂੰ ਸੂਈ ਨੂੰ ਦਿਨ ਕਿੰਨੇ ਹੋ ਗਏ? ਅੱਜ 15 ਦਿਨ ਹੀ ਸੂਈ ਨੂੰ ਹੋ ਗਏ। ਬੱਚਾ ਮਗਰ ਕੱਟਾ ਗਾ? ਠੀਕ ਆ। ਆਹ ਮੂਹਰੇ ਖੜਾ ਜਿਹੜਾ? ਠੀਕ ਆ। ਅਤੇ ਇਹਦਾ ਮੁੱਲ ਬਾਈ ਕਿੰਨਾ ਰੱਖਿਆ ਆਪਾਂ? ਮੁੱਲ 1.45 ਆ। ਅਤੇ ਆਪਣੀ ਝਾਕ ਕਿੱਥੋਂ ਕਦਾਈਆਂ ਛੱਡਣ ਦੀ? ਹਾਂ ਨਾ ਜਮਾਂ 1.35 ਦੀ, ਬਾਕੀ ਮੌਕੇ 'ਤੇ ਹੋਜੂ, ਹੈ ਨਾ? ਠੀਕ ਆ। ਅਤੇ ਜਿਹੜੀ ਬਾਈ ਆਪਾਂ ਦੂਜੇ ਨੰਬਰ 'ਤੇ ਦਿਖਾਈ ਸੀ ਝੋਟੀ ਪਰਲੀ, ਉਹ ਨੀਲੀ ਰਾਵੀ ਦੇ ਵਿੱਚ ਪੈਂਦੀ ਆ, 10-12 ਦਿਨ ਸੂਈ ਨੂੰ ਹੋ ਗਏ। ਠੀਕ ਆ। ਅਤੇ ਸੂਆ ਉਹਦਾ ਪਹਿਲਾਂ? ਸੂਆ ਪਹਿਲਾਂ ਜੀ। ਠੀਕ ਆ। ਕਿੰਨਾ ਦੁੱਧ ਹੋਊਗਾ? ਦੁੱਧ 11-12 ਲੀਟਰ ਜੀ। 11-12 ਜਮ੍ਹਾਂ ਨੈੱਟ ਤਿਆਰ ਆ, ਤਸੱਲੀ ਕਰ ਸਕਦਾ ਉਹਦੀ ਵੀ?
ਠੀਕ ਆ, ਤੇ ਉਹਦੇ ਮਗਰ ਬੱਚਾ ਬੱਚਾ ਕੱਟੀ ਆ ਜੀ, ਉਹਦੇ ਮਗਰ ਕੱਟੀ ਆ ਗਈ, ਤੇ ਮੁੱਲ ਮੁੱਲ ਜੀ ਲੱਖ ਰੁਪਏ, ਮੁੱਲ ਲੱਖ ਆ, ਹਾਂਜੀ ਠੀਕ ਆ, ਤੇ ਉਹ ਕਿੰਨੇ ਕੁ ਦੀ ਹੋਜੂਗੀ? 90,000 ਦੀ, 90 ਦੀ, ਬਾਕੀ ਮੌਕੇ 'ਤੇ ਹੋਜੂ ਹੈ ਨਾ ਕੰਮ ਬਾਹਰ ਦਾ ਆਪਣਾ ਬਾਈ? ਹਾਂਜੀ, ਅਤੇ ਘਰ ਪਸ਼ੂ ਕਿੰਨੇ ਕੁ ਹੁੰਦੇ ਆ ਗਏ? 5-7 ਹੁੰਦੇ ਹੀ ਆ, ਗਾਈਆਂ ਦਾ ਵੀ ਨਾਲ? ਕੱਲੀਆਂ ਮੱਝਾਂ ਦਾ ਹੀ ਆ, ਅਤੇ ਘਰੋਂ ਚੰਗਾ ਪਸ਼ੂ ਮਿਲ ਜੂਗਾ? ਹਾਂਜੀ ਮਿਲ ਜੂਗਾ, ਤਸੱਲੀ ਕਰਕੇ ਕੋਈ ਲਿਆ ਸਕਦਾ? ਠੀਕ ਆ ਬਾਈ, ਇੱਕ ਵਾਰੀ ਐਡਰੈਸ ਬੋਲ ਦਿਓ ਦੁਬਾਰੇ, ਅਤੇ ਕੰਟੈਕਟ ਨੰਬਰ। ਪਿੰਡ ਵੰਗ ਦੋੜਾ ਜੀ। ਠੀਕ ਹੈ ਜੀ, ਜ਼ਿਲ੍ਹਾ ਮੋਗਾ, ਤਹਿਸੀਲ ਬਾਘਾ ਪੁਰਾਣਾ, ਕੰਟੈਕਟ ਨੰਬਰ ਜੀ? 90568 61 ਆ, ਦੁਬਾਰੇ ਬੋਲ ਦਿਓ ਇੱਕ ਵਾਰੀ, 90568 61 ਠੀਕ ਆ ਬਾਈ, ਧੰਨਵਾਦ। ਲਓ ਵੀ ਦੋਸਤੋ, ਡਿਟੇਲ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ, ਆਹ ਝੋਟੀ ਦੀ ਵੀ, ਆਹ ਝੋਟੀ ਦਾ ਜਾਣੀ ਕਿ ਬਹੁਤ ਜ਼ਿਆਦਾ ਚੰਗੀ ਹੈਗੀ, ਅਤੇ ਇਹਦੇ 'ਚ ਕੋਈ ਸ਼ੱਕ ਨਹੀਂ ਗੀ, ਸਾਫ਼ ਸੁਥਰੀ ਹੈ ਥੱਲਿਓਂ ਵੀ, ਅਤੇ ਦੂਜੀ ਵੀ ਵੈਦੇ ਹਿਸਾਬ ਨਾਲ ਠੀਕ ਹੈਗੀ, ਅਤੇ ਆਰਡਰ ਤੁਸੀਂ ਦੁਬਾਰੇ ਫੇਰ ਦੇਖ ਸਕਦੇ ਹੋ, ਬੰਦ ਹਵਾਨੇ ਦੇ ਵਿੱਚ ਆ, ਅਤੇ ਆਰਡਰ ਬਹੁਤ ਸੋਹਣਾ ਹੈਗਾ, ਬਾਕੀ ਪੈਠ ਪੁੜੇ ਦੀ ਵੀ ਚੰਗੀ ਹੈਗੀ ਪੂਰੀ, ਅਤੇ ਜਿਹਨੂੰ ਵੀ ਕੋਈ ਵੀ ਪਸੰਦ ਆਉਂਦੀ ਹੈ ਦੋਵਾਂ ਦੇ ਵਿੱਚੋਂ, ਅਤੇ ਉਹ ਥੋੜ੍ਹੀ ਜਿਹੀ ਛੋਟੀ ਹੈਗੀ ਦਰਮਿਆਨੇ ਕਾਦ ਕਾਰ ਦੇ ਵਿੱਚ ਆ, ਬਾਕੀ ਮੁੱਲ ਤਾਂ ਕਰਨੇ ਪੈਂਦੇ ਆ ਮੰਡੀ ਦੇ ਉੱਤੇ, ਅਤੇ ਜਦੋਂ ਗੱਲਬਾਤ ਕਰੋਗੇ ਤੁਸੀਂ ਮੌਕੇ 'ਤੇ ਤਾਂ ਸੌਦਾ ਹੋ ਜਾਂਦਾ ਹੁੰਦਾ, ਜਿਹਨੂੰ ਵੀ ਪਸ਼ੂ ਪਸੰਦ ਆਉਂਦੇ ਹੈਗੇ, ਅਤੇ ਆਪਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ, ਅਤੇ ਬਾਕੀ ਘਰ ਵੀ ਪਸ਼ੂ ਹੁੰਦੇ ਆ ਬਾਈਆਂ ਕੋਲ, ਅਤੇ ਤੁਸੀਂ ਉੱਧਰ ਏਰ ਗਏ ਅਤੇ ਘਰੋਂ ਵੀ ਤੁਸੀਂ ਤਸੱਲੀ ਕਰਕੇ ਪਸ਼ੂ ਖਰੀਦ ਸਕਦੇ ਹੋਗੇ। ਲਓ ਵੀ ਦੋਸਤੋ, ਤੁਹਾਨੂੰ ਆਪਾਂ ਦੋ ਝੋਟੀਆਂ ਦਿਖਾਉਂਦੇ ਹਾਂ, ਬਹੁਤ ਚੰਗੀਆਂ, ਪੂਰੀਆਂ ਸ਼ੌਕੀਨ ਆ, ਅਤੇ ਚੰਗੇ ਦੁੱਧ ਵਾਲੀਆਂ ਗੀਆਂ, ਅਤੇ ਡਿਟੇਲ ਆਪਾਂ ਬਾਈ ਤੋਂ ਸਾਰੀ ਲੈ ਕੇ ਦੇਵਾਂਗੇ, ਅਤੇ ਪਹਿਲਾਂ ਤੁਸੀਂ ਤੁਰਦੀ ਨੂੰ ਚੈੱਕ ਕਰ ਲਓ, ਇਹਨੂੰ ਬਾਡੀ ਬਾਂਤਰ ਦੇਖ ਸਕਦੇ ਹੋ ਤੁਸੀਂ, ਇਹਦੀ ਫੇਸ ਕੁਆਲਿਟੀ ਦੇਖ ਸਕਦੇ ਹੋ, ਬਹੁਤ ਚੰਗੀ ਹੈਗੀ, ਅਤੇ ਥੋੜ੍ਹਾ ਜਿਹਾ ਠੰਡ ਦਾ ਕਰਕੇ ਹੈਗਾ ਬਈ ਉੱਤੇ ਦਿੱਤਾ ਵਾ, ਅਤੇ ਬਾਕੀ ਹੈ ਬਹੁਤ ਚੰਗੀ ਆ, ਤੁਸੀਂ ਦੇਖ ਸਕਦੇ ਹੋ ਫੇਸ, ਦੇਖ ਸਕਦੇ ਹੋ ਇਹਦੀ, ਅਤੇ ਬਾਡੀ ਬਾਂਤਰ ਦੇਖ ਸਕਦੇ ਹੋ, ਸਿੰਗਾਂ ਦੀ ਬਹੁਤ ਕੁੰਡੀ ਹੈਗੀ, ਸੋਹਣੀ ਝੋਟੀ ਹੈਗੀ, ਪੂਰੀ ਪੂਰੀ ਸ਼ੌਕੀਨ ਹੈਗੀ, ਮਿਲਕ ਬਿਊਟੀ ਵਾਲੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਵੀ ਸੁੰਦਰਤਾ ਵੀ ਬਹੁਤ ਆ, ਅਤੇ ਦੁੱਧ ਪੱਖ ਤੋਂ ਵੀ ਚੰਗੀ ਹੈਗੀ, ਅਤੇ ਬਾਕੀ ਆਰਡਰ ਵੀ ਚੰਗਾ ਦਿਖਾਉਂਦੀ ਹੈਗੀ, ਪੂਰਾ ਵਧੀਆ ਆਰਡਰ ਦਿਖਾਉਂਦੀ ਹੈਗੀ, ਅਤੇ ਦੂਜੇ ਨੰਬਰ 'ਤੇ ਤੁਹਾਨੂੰ ਆਪਾਂ ਹੱਥ ਤੋਰ ਕੇ ਦਿਖਾਉਂਦੇ ਹਾਂ, ਨਾਲ ਹੀ ਖੜ੍ਹੀ ਹੈਗੀ, ਇਹ ਪਹਿਲੇ ਸੂਏ ਆ ਅਤੇ ਉਹ ਦੂਜੇ ਸੂਏ ਹੈਗੀ, ਅਤੇ ਇਹਨੂੰ ਆਪ ਵੀ ਆ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਬਾਡੀ ਬਾਂਤਰ, ਅਤੇ ਉਦੋਂ ਬਾਅਦ ਆਪਾਂ ਡਿਟੇਲ ਦੋਵਾਂ ਦੀ ਇਕੱਠੀਆਂ ਦੀ ਲੈ ਲਾਂਗੇ, ਤਾਜ਼ੀਆਂ ਸੂਈਆਂ ਮੰਗਾ ਦੋਵੇਂ, ਇਹਨੂੰ ਵੀ ਦੇਖ ਸਕਦੇ ਹੋ ਫੇਸ ਕੁਆਲਿਟੀ ਇਹਦੀ ਵੀ ਬਹੁਤ ਸੋਹਣੀ ਆ, ਸਿੰਗਾਂ ਦੀ ਇਹ ਵੀ ਕੁੰਡੀ ਆ ਜਮਾਂ, ਅਤੇ ਬਾਡੀ ਬਾਂਤਰ ਦੇ ਵਿੱਚ ਵੀ ਬਹੁਤ ਜ਼ਿਆਦਾ ਚੰਗੀ ਹੈਗੀ ਇਹ ਵੀ, ਅਤੇ ਬੈਕ ਸਾਈਡ ਤੋਂ ਤੁਸੀਂ ਆਰਡਰ ਦੇਖ ਸਕਦੇ ਹੋ, ਆਰਡਰ ਵੀ ਬਹੁਤ ਸੋਹਣਾ ਹੈਗਾ, ਅਤੇ ਪਿੱਠ ਪੁੜੇ ਦੀ ਵੀ ਚੰਗੀ ਹੈਗੀ ਪੂਰੀ, ਅਤੇ ਥਣ ਥੁਣ ਵੀ ਬਹੁਤ ਚੰਗੇ ਆ, ਦੋਵੇਂ ਸਿੰਗਾਂ ਦੀਆਂ ਵੀ ਕੁੰਡੀਆਂ ਪੂਰੀਆਂ, ਅਤੇ ਬਾਡੀ ਬਾਂਤਰ ਦੇ ਵਿੱਚ ਵੀ ਚੰਗੀਆਂ, ਅਤੇ ਆਰਡਰ ਵੀ ਚੰਗੇ ਆ, ਅਤੇ ਹੈ ਵੀ ਸਾਫ਼ ਸੁਥਰੀਆਂ ਦੋਵੇਂ ਥੱਲੇ ਦੀਆਂ, ਅਤੇ ਥਣਾਂ 'ਚ ਵਿੱਥੀ ਬੁੱਥੀ, ਦੋਨੇ ਝੋਟੀਆਂ ਪੂਰੀਆਂ ਟੌਪ ਆ ਗਈਆਂ, ਕੋਈ ਕਮੀ ਨਹੀਂ, ਮਿਲਕ ਬਿਊਟੀ ਵਾਲੀਆਂ ਝੋਟੀਆਂ ਗੀਆਂ ਦੋਵੇਂ, ਅਤੇ ਬਾਕੀ ਆਪਾਂ ਡਿਟੇਲ ਬਾਈ ਤੋਂ ਲੈ ਲਾਂਗੇ ਦੋਨਾਂ ਦੀ। ਤਾਜ਼ੀਆਂ ਸੂਈਆਂ, ਬੱਚੇ ਤੁਸੀਂ ਮੂਹਰੇ ਦੇਖ ਸਕਦੇ ਹੋ, ਇਹਦਾ ਵੀ ਬੱਚਾ ਮੂਹਰੇ ਹੈਗਾ, ਅਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਂਦੇ ਹਾਂ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ, ਕਿਹੜੇ ਪਿੰਡ ਪਹੁੰਚੇ ਆ? ਪਿੰਡ ਠਿਕਰੀ ਵਾਲਾ, ਜ਼ਿਲ੍ਹਾ ਬਰਨਾਲਾ। ਠਿਕਰੀ ਵਾਲਾ, ਜ਼ਿਲ੍ਹਾ ਬਰਨਾਲਾ, ਬਰਨਾਲੇ ਦੇ ਕੋਲ ਹੀ ਆ ਹੈ ਨਾ? ਹਾਂ, ਬਰਨਾਲੇ ਦੇ ਵਿੱਚ ਹੀ ਆ, 2-4 ਕਿਲੋਮੀਟਰ ਬਾਅਦ। ਠੀਕ ਆ ਬਾਈ, ਬਾਈ ਜਿਹੜੀ ਆਪਾਂ ਇਹ ਪਹਿਲੇ ਨੰਬਰ 'ਤੇ ਝੋਟੀ ਦਿਖਾਈ ਸੀਗੀ, ਇਹ ਪਹਿਲੇ ਸੂਏ ਆ ਜੀ? ਪਹਿਲੇ ਸੂਏ ਆ। ਠੀਕ ਆ, ਤੇ ਦੰਦੋਂ ਕਿਵੇਂ ਆ ਉਹ? ਦੰਦੋਂ ਚੌਗੀ ਆ। ਦੰਦੋਂ 4 ਦੰਦ ਆ। ਕਿੰਨੇ ਦਿਨ ਹੋ ਗਏ ਸੂਈ ਨੂੰ? ਸੂਈ ਨੂੰ ਇਹਨੂੰ ਹੋ ਗਏ 8ਵਾਂ ਦਿਨ ਆ। ਸੂਈ ਨੂੰ 8ਵਾਂ ਦਿਨ ਆ? ਹਾਂ। ਤੇ ਬੱਚਾ ਕੀ ਆ? ਬੱਚਾ ਇਹਦੇ ਮਗਰ ਕੱਟਾਗਾ। ਮਗਰ ਕੱਟਾਗਾ। ਹਾਂ।
ਤੇ ਬਾਈ ਦੁੱਧ ਹੁਣ ਕੰਡੇ ਵਾਲਾ ਕਿੰਨਾ ਹੋਊਗਾ? ਤੇਰਾਂ ਹਾਂ ਪੂਰਾ ਐਨ 15 ਠੀਕ ਆ ਕਹਦੇ ਵੀ ਕੀ ਫਾਇਦਾ ਹਲੇ ਜਣੀ ਦੀ 12 13 ਕਿਲੋ ਚੋਣ ਦਾ ਹੈਗਾ ਠੀਕ ਆ ਵੀ ਜਿੰਨਾ ਜਾਣੀ ਕਿ ਮਤਲਬ ਭਾਂਡੇ 'ਚ ਪੈਂਦਾ ਤਿਆਰ ਕਰਿਆ ਗਈ ਵੀ ਬਕਵਾਸ ਮਾਰੀ ਆ 18 ਕਰਕੇ 20 ਕਰਕੇ ਉਹਦੀਆਂ ਗੱਲਾਂ ਕਰਦੇ ਸੀ 12 13 ਤਿਆਰ ਕਰ ਗਈ ਸੀ 12 ਜਣੀ ਚੋਣ 'ਚ ਆ ਜਾਂਦਾ ਠੀਕ ਆ ਵੀ ਜਿੰਨਾ ਚੋਣ 'ਚ ਆਉਂਦਾ ਉਹਨਾਂ ਦੱਸਾਂਗੇ ਆਪਾਂ ਭਾਂਡੇ ਦੇ ਵਿੱਚ ਠੀਕ ਆ ਤੇ ਹੋਰ ਵੱਧ ਸਕਦੀ ਆ? ਹਾਂ ਜਣੀ 14 15 ਲੀਟਰ ਦਊਗੀ ਐਵੇਂ ਕਹਦੇ 18 ਦੇ ਦੂ 20 ਦੇ ਦੂ ਉਹਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਆ ਵੀ ਜਾਣੀ ਕਿ 14-15 ਆਪਾਂ ਮੰਨ ਲਗੇ 14 ਕੁ ਮੰਨ ਲਗੇ ਜਾਂ ਹਨਾ ਕਣਕੁਣ ਮੈਲਿਓ ਚੱਲ ਕੇ ਦੇ ਦੂਗੀ ਹਾਂ ਹਜੇ ਮੈਲਿਓ ਵੀ ਚੱਲਣਾ ਚੱਲਣਾ ਟਿਊ ਜਣੀ ਚੰਗੀ ਆ ਠੀਕ ਆ ਤੇ ਬਾਕੀ ਸੇਵਾ ਤੇ ਆ ਹਨਾ ਬਾਕੀ ਸੇਵਾ ਤੇ ਜਾਤ ਨਾਲ ਸਾਰੇ ਹਰਿਆਣੇ ਤੋਂ ਲਈ ਵੀ ਆ ਚੰਗੀ ਆ ਹੈ ਚੰਗੀ ਆ ਝੋਟੀਆਂ ਦੋਵੇਂ ਪੂਰੀਆਂ ਟੌਪ ਕੁਆਲਿਟੀ ਦੀਆਂ ਹਨਾ ਸ਼ਕੀਨ ਵੀ ਆ ਤੇ ਦੁੱਧ ਪੱਖੋਂ ਵੀ ਚੰਗਾ ਤੇ ਇਹਦਾ ਮੁੱਲ ਬਾਈ ਮੁੱਲ ਕੋਈ ਗੱਲ ਨਹੀਂ ਕਰ ਲਾਂਗੇ ਮੌਕੇ ਤੇ ਹੋ ਜਾਊਗਾ ਹਾਂ ਕਰ ਲਾਂਗੇ ਠੀਕ ਆ ਉਹ ਜ਼ਿਆਦਾ ਤਾਂ ਨਹੀਂ ਹੋਊਗਾ ਨਾ ਨਾ ਜ਼ਿਆਦਾ ਨਹੀਂ ਹੋਊ ਚੰਗੀ ਆ ਜਣੀ ਚੰਗੀ ਬਸ ਦੇ ਦਾਂਗੇ ਹਿਸਾਬ ਜਾਣੀ ਉਹੋ ਜਿਹੇ ਹਿਸਾਬ ਨਾਲ ਰੇਟ ਹੋਊਗਾ ਹਾਂ 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 ਕੋਈ ਗੱਲ ਨਹੀਂ ਠੀਕ ਹੈ ਤੇ ਇਹ ਜਿਹੜੀ ਆਪਾਂ ਦੂਜੇ ਨੰਬਰ ਤੇ ਤੋਰੀ ਸੀਗੀ ਇਹ ਮੂੰਹੋਂ ਸਿੱਗੀ ਹੈਗੀ ਸੂਆ ਦੂਜਾ ਗਾ ਮੂੰਹੋਂ 6 ਦੰਦ ਦਾ ਹਾਂ ਮੂੰਹੋਂ ਸੂਆ ਦੂਜਾ ਦੂਜਾ ਸੂਆ ਦਾ ਤੇ ਇਹਦੇ 15 ਤਿਆਰ ਇਹਦੇ ਥੱਲੇ ਜਮਾ 15 ਤਿਆਰ ਇਹਦੇ ਥੱਲੇ ਜਮਾ 15 ਕੰਡੇ ਲਾਉਂਦੀ ਸੀ ਘਰੇ ਤੋਲਣ ਵਾਲਾ ਜਮਾ ਤੋਲਣ ਵਾਲਾ ਐਂ ਬੋਲਣ ਵਾਲਾ ਨਹੀਂ ਤੋਲਣ ਵਾਲਾ ਸੀ ਇਹਦੇ ਥੱਲੇ ਤੋਲਣ ਵਾਲਾ ਤਿਆਰ ਆ ਜਾਣੀ ਹਾਂ ਠੀਕ ਆ ਤੇ ਇਹ ਕਿੰਨਾ ਕੁ ਪਾ ਸਕਦੀ ਆ? ਵੱਧ ਸਕਦੀ ਆ ਹਲੇ 2-3 ਕਿਲੋ ਹੋਰ ਇਹਦੀ ਕਪੈਸਿਟੀ ਹੈਗੀ ਆ ਜੀ ਇਹ ਵੱਧ ਕੜ ਚੱਲ ਕੇ ਮੇਲੇ ਦੇ ਚੱਲੀ ਨਹੀਂ ਹਲੇ ਇਹ ਦੁੱਧ ਹੋ ਵੀ ਜਣੀ ਦੀ ਵਧੂਗੀ ਜਣੀ ਉਹ ਇੱਥੇ ਕੀ ਖੜੂਗੀ ਇਹ ਜਣੀ ਦੀ ਵੱਧ ਕੱਢ ਜੂਗੀ ਠੀਕ ਆ ਇਹ ਫਿਰ ਦੂਜੇ ਸੋਏ ਆ ਗਈ ਨਾ ਦੂਜੇ ਸੋਏ ਦਾ ਪਸ਼ੂ ਵੱਧ ਹੀ ਆ ਹਨਾ ਬਾਕੀ ਸੇਵਾ ਤੇ ਆ ਤੇ ਸੇਵਾ ਦੇ ਅਗਲੇ ਕੋਲੇ ਵੱਧ ਕੱਢ ਜਾਣਾ ਉਹ ਕਹਿ ਨਹੀਂ ਸਕਦੇ ਠੀਕ ਆ ਸੇਵਾ ਦੇ ਵੀ ਇਹ ਵੀ ਬੜਾ ਅੱਛੀ ਦੇ ਜੇ ਹਾਂ ਇਹ ਤਾਂ ਪਤਾ ਨਹੀਂ ਹੁੰਦਾ ਖਰਾਕ ਸਿਰ ਤੇ ਵੀ ਆ ਹਨਾ ਬਾਕੀ ਉਹ ਬਰੀਡ ਕੁਆਲਿਟੀ ਚ ਚੰਗਾ ਦੋਵੇਂ ਹਨਾ ਮੈਂ ਕਿਹਾ ਪੂਰੀਆਂ ਸਾਊ ਸਲਾਟ ਕਿਸੇ ਤਰ੍ਹਾਂ ਦੀ ਘਾਟ ਨਹੀਂ ਹੈਗੀ ਨਵੇਂ ਪੈਸੇ ਦੀ ਠੀਕ ਆ ਝੋਟੀਆਂ ਸਨੱਖੀਆਂ ਪੂਰੀਆਂ ਤੇ ਇਹਦਾ ਮੁੱਲ ਬਈ ਇਹਦਾ ਵੀ ਕੋਈ ਗੱਲ ਨਹੀਂ ਕਰ ਲਾਂਗੇ ਜਿਹੋ ਜਿਹਾ ਕਸਟਮਰ ਆਊਗਾ ਮੁੱਲ ਉਹਦੇ ਸਾਹਮਣੇ ਮੌਕੇ ਤੇ ਹੋ ਜੂ ਕੋਈ ਚੱਕਰ ਨਹੀਂ ਦੋਵਾਂ ਦਾ ਮੌਕੇ ਤੇ ਹੋ ਜੂ ਹਨਾ ਕੋਈ ਗੱਲ ਨਹੀਂ ਕਰ ਲਾਂਗੇ ਠੀਕ ਆ ਤੇ ਬਾਕੀ ਥੱਲਿਓਂ ਸਾਫ਼ ਸੁਥਰੀਆਂ ਮੈਂ ਕਿਹਾ ਜਮਾ ਹੱਥ ਲਾਉਣ ਦੀ ਲੋੜ ਨਹੀਂ ਥੱਲੇ ਐਂ ਪੂਰੀਆਂ ਠਣਪਾਈਆਂ ਵੀ ਹੁੰਦੀਆਂ ਨੇ ਬਈ ਜਮਾ ਓਕੇ ਆ ਬਾਕੀ ਹੁਣ ਤੁਸੀਂ ਵੀ ਚੈੱਕ ਕਰਕੇ ਲਿਆਉਣੇ ਹਨਾ ਕੱਟੀ ਆ ਗਈ ਇਹਨੇ ਮਗਰ ਕੱਟੀ ਆ ਮੁੱਲ ਮੰਨ ਲਾਉਣੇ ਆਪਾਂ ਕਿਹੜਾ ਮੁਫਤ ਲਿਆਉਣੇ ਆ ਸਹੀ ਗੱਲ ਆ ਆਪਾਂ ਵੀ ਜਾਣੀ ਦੇਖਭਾਲ ਕਰਕੇ ਲਿਆਉਣੇ ਆ ਹਨਾ ਲਿਆਉਣੇ ਹਾਂ ਹਾਂ ਠੀਕ ਆ ਬਾਈ ਤੇ ਆਪਣੇ ਕੋਲੇ ਬਈ ਘਰੇ ਪਸ਼ੂ ਕਿੰਨੇ ਹੁੰਦੇ ਆ ਹੁੰਦੀਆਂ ਨੇ 10-11 ਮਹੀਆਂ ਰੋਜ਼ ਗਾਈਆਂ ਵੀ ਹੁੰਦੀਆਂ ਨਾ ਗਾਈ ਤਾਂ ਜਿਵੇਂ ਗਾਹ ਦਾ ਉੱਡਰ ਹੋ ਮੇ ਲੈਣੇ ਠੀਕ ਆ ਮਹੀਆਂ ਰੋਜ਼ਾਨਾ ਹੁੰਦੀਆਂ ਵੀ ਜੇ ਕੋਈ ਡਿਮਾਂਡ ਕਰਦਾ ਫੇਰ ਲੈਣੇ ਹੋ ਹਾਂ ਹਾਂ ਡਿਮਾਂਡ ਤੇ ਲੈਣੇ ਆ ਮੱਝਾਂ ਹੁੰਦੀਆਂ ਹੀ ਹੁੰਦੀਆਂ ਨੇ ਗਾਈਆਂ ਜਿਹਨੇ ਵੱਧ ਨਹੀਂ ਖਰੀਦਦੇ ਜਿਵੇਂ 10-10 ਗਾਈਆਂ ਲੈ ਲਈਆਂ ਉਨੀਆਂ ਨਹੀਂ ਜਿਹਨਾਂ ਦੀ ਗਾਹ ਦੇ ਆਉਣ ਤੇ ਲੈਣੇ ਆ ਠੀਕ ਆ ਲਿਮਟਡ ਜੀਆਂ ਜਾਣੀ ਲਿਮਟਡ ਦੇ ਹਾਂ ਉਨਾਂ ਹੀ ਗਾਹ ਲੈਣੇ ਆ ਜ਼ਿਆਦਾ ਜਾਣੀ ਮੱਝਾਂ ਜ਼ਿਆਦਾ ਹੁੰਦੀਆਂ ਮੱਝਾਂ ਰੋਜ਼ਾਨਾ ਹੁੰਦੀਆਂ ਨੇ ਠੀਕ ਆ ਕਿਸੇ ਵੀ ਟਾਈਮ ਕੋਈ ਆ ਸਕਦਾ ਤੇ ਤਸੱਲੀ ਕਰਕੇ ਖਰੀਦ ਸਕਦਾ ਹੈ ਨਾ ਜਦੋਂ ਮਰਜ਼ੀ ਆ ਜਾਵੇ ਮਹੀਆਂ ਹਰ ਵਕਤ ਤਿਆਰ ਹੁੰਦੀਆਂ ਨੇ ਠੀਕ ਆ ਤਸੱਲੀ ਕਰਕੇ ਚੋ ਕੇ ਵੀ ਖਰੀਦ ਸਕਦਾ ਤਸੱਲੀ ਕਰਕੇ ਚੋ ਕੇ ਲਿਜਾਵੇ ਕੋਈ ਚੱਕਰ ਨਹੀਂ ਠੀਕ ਆ ਇੱਕ ਵਾਰੀ ਆਪਣਾ ਐਡਰੈਸ ਬਾਰੇ ਬੋਲਦੇ ਬਾਈ ਤੇ ਨੰਬਰ ਤੇ ਪਿੰਡ ਠਿਕਰੀ ਵਾਲਾ ਜ਼ਿਲ੍ਹਾ ਬਰਨਾਲਾ ਸਰਦਾਰ ਸੇਵਾ ਸਿੰਘ ਦਾ ਪਿੰਡ ਆ ਠਿਕਰੀ ਵਾਲਾ ਠੀਕ ਹੈ ਜੀ ਹਾਂ ਤੇ ਆਪਣਾ ਨੰਬਰ 7347 72149 7347 72149 ਠੀਕ ਆ ਬਾਈ ਧੰਨਵਾਦ ਲਓ ਵੀ ਦੋਸਤੋ ਇਸ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਝੋਟੀਆਂ ਦੋਵੇਂ ਚੰਗੀਆਂ ਸ਼ਕੀਨ ਆ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਤਾ ਸੀਗਾ ਦੁੱਧ ਪੱਖੋਂ ਵੀ ਚੰਗੀਆਂ ਥੱਲਿਓਂ ਵੀ ਸਾਫ਼ ਸੁਥਰੀਆਂ ਅਤੇ ਬਾਕੀ ਊਂ ਵੀ ਸੁਨੱਖੀਆਂ ਗੀਆਂ ਜਿਹਨੂੰ ਪਸੰਦ ਆਉਂਦੀਆਂ ਤੁਸੀਂ ਖਰੀਦ ਸਕਦੇ ਹੋ ਵੈਸੇ ਮੰਡੀ 'ਤੇ ਵਿਕ ਵੀ ਸਕਦੀਆਂ ਅਤੇ ਹੋਰ ਵੀ ਘਰੇ ਪਸ਼ੂ ਚੰਗੇ ਹੁੰਦੇ ਆ ਬਾਈ ਦੇ ਕੋਲ ਅਤੇ ਤੁਸੀਂ ਕੰਟੈਕਟ ਕਰਕੇ ਘਰੋਂ ਵੀ ਖਰੀਦ ਸਕਦੇ ਹੋਗੇ ਲਓ ਵੀ ਦੋਸਤੋ ਤੁਹਾਨੂੰ ਆਪਾਂ ਬਹੁਤ ਵਧੀਆ ਮੱਝ ਦਿਖਾਉਂਦੇ ਹਾਂਗੇ ਨੀਲੀ ਰਾਵੀ ਦੇ ਵਿੱਚ ਪੈਂਦੀ ਹੈਗੀ ਬਾਡੀ ਬਾਂਤਰ ਵੀ ਬਹੁਤ ਚੰਗੀ ਆ ਤੁਸੀਂ ਦੇਖ ਸਕਦੇ ਹੋ ਪਿੱਠ ਬੁੜੇ ਦੀ ਚੌੜੀ ਆ ਆਰਡਰ ਦੇਖ ਸਕਦੇ ਹੋ ਆਰਡਰ ਬਹੁਤ ਵਧੀਆ ਹੈਗਾ ਬਹੁਤ ਜ਼ਬਰਦਸਤ ਆਰਡਰ ਹੈਗਾ ਅਤੇ ਥਣ ਥੁਣ ਵੀ ਬਹੁਤ ਸੋਹਣੇ ਹੈਗੇ ਤੁਸੀਂ ਦੇਖ ਸਕਦੇ ਹੋ
ਤੇ ਬਾਕੀ ਆਪਾਂ ਬਾਈ ਤੋਂ ਡਿਟੇਲ ਪੁੱਛ ਲਾਂਗੇ। ਦੁੱਧ ਵਾਲੀ ਮੱਝ ਹੈਗੀ, ਫੇਸ ਕੁਆਲਿਟੀ ਦੇਖ ਸਕਦੇ ਹੋ, ਬਾਡੀ ਬਾਂਤਰ ਦੀ ਬਹੁਤ ਭਾਰੀ ਆ ਤੇ ਆਰਡਰ ਵੀ ਬਹੁਤ ਜ਼ਬਰਦਸਤ ਹੈਗਾ। ਆਰਡਰ ਮੂਹਰ ਨੂੰ ਵੀ ਚੰਗਾ ਹੈਗਾ ਅਤੇ ਬੈਕ ਸਾਈਡ ਨੂੰ ਵੀ ਚੰਗਾ, ਤੁਸੀਂ ਦੇਖ ਸਕਦੇ ਹੋ, ਅਤੇ ਪਿੱਠ ਪੁੜੇ ਦੀ ਵੀ ਬਹੁਤ ਚੰਗੀ ਹੈਗੀ, ਅਤੇ ਜਿਹੜੇ ਥਣ ਆ ਥਣ ਵੀ ਬਹੁਤ ਸੋਹਣੇ ਹੈਗੇ, ਤੁਸੀਂ ਦੇਖ ਸਕਦੇ ਹੋ। ਥਣਾਂ ਦੇ ਵਿੱਚ ਵਿੱਚੀ ਅਤੇ ਥਣਾਂ ਦਾ ਸਾਈਜ਼ ਬਹੁਤ ਵਧੀਆ ਹੈਗਾ, ਅਤੇ ਬਾਡੀ ਬਾਂਤਰ ਦੀ ਬਹੁਤ ਚੰਗੀ ਪੂਰੀ ਭਾਰੀ ਮੱਝ ਹੈਗੀ, ਨੀਲੀ ਰਾਵੀ ਦੇ ਵਿੱਚ ਪੈਂਦੀ ਹੈਗੀ, ਅਤੇ ਬੱਚਾ ਇਹਦਾ ਮੂਹਰੇ ਖੜਾ ਹੈਗਾ, ਅਤੇ ਆਪਾਂ ਡਿਟੇਲ ਬਾਈ ਤੋਂ ਪੁੱਛ ਲਾਂਗੇ। ਲਓ ਵੀ ਦੋਸਤੋ, ਦੂਜੇ ਨੰਬਰ 'ਤੇ ਤੁਹਾਨੂੰ ਆਪਾਂ ਮੱਝ ਦਿਖਾਉਂਦੇ ਹਾਂ ਬਾਈ ਦੀ, ਅਤੇ ਇਹ ਵੀ ਦੇਖ ਸਕਦੇ ਹੋ ਤੁਸੀਂ, ਸਿੰਘਾਂ ਦੇ ਜ਼ਰੂਰ ਇਹਦੇ ਪੋਪਲੇ ਲਏ ਵੀ ਹੈਗੇ, ਬਾਡੀ ਬਾਂਤਰ ਦੀ ਚੰਗੀ ਹੈਗੀ, ਅਤੇ ਬਾਕੀ ਥਾਣ ਥੋੜ੍ਹੇ ਜਿਹੇ ਲੰਮੇ ਪਾਉਂਦੀ ਹੈਗੀ, ਅਤੇ ਡਿਟੇਲ ਆਪਾਂ ਦੋਵਾਂ ਦੀ ਪੁੱਛ ਲਾਂਗੇ ਬਾਈ ਤੋਂ, ਕੀ ਡਿਟੇਲ ਹੈਗੀ। 90 ਦੀ ਮੂਹਰਲੇ ਥਾਣਾ ਚੰਗੇ ਹੈਗੇ, ਥਲੜੇ ਥੋੜ੍ਹੇ ਜਿਹੇ ਮੈਂ ਬੈਕ ਵਾਲੇ ਲੰਮੇ ਹੈਗੇ, ਅਤੇ ਬਾਕੀ ਬਿੱਤੀ ਬੁੱਤੀ ਚੰਗੀ ਹੈਗੀ, ਅਤੇ ਬੱਚਾ ਇਹਦਾ ਵੀ ਮੂਹਰੇ ਖੜਾ ਹੈਗਾ। ਡਿਟੇਲ ਆਪਾਂ ਦੋਵਾਂ ਦੀ ਪੁੱਛ ਲਾਂਗੇ ਬਾਈ ਤੋਂ, ਆਹ ਮੱਝ ਜਾਣੀ ਕਿ ਜ਼ਿਆਦਾ ਚੰਗੀ ਆ, ਅਤੇ ਥਾਂ ਲੇਵੇ ਦੀ ਵੀ ਸਾਫ਼ ਹੈਗੀ ਪੂਰੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਬਾਈ ਜਿਹੜੀ ਆਪਾਂ ਇਹ ਪਹਿਲੇ ਨੰਬਰ 'ਤੇ ਆਹ ਮੱਝ ਤੋਰ ਕੇ ਦਿਖਾਈ ਹੈ ਨੀਲੀ ਰਾਵੀ ਦੀ, ਕਿਹੜੇ ਸੂਏ ਆ ਇਹ? ਤੀਜੇ ਸੂਏ ਹੈਗੀ। ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? 7 ਦਿਨ। ਠੀਕ ਆ, ਬੱਚਾ ਕੀ ਆ? ਬੱਚਾ ਘੱਟਾ ਹੈਗਾ। ਅਤੇ ਦੁੱਧ ਹੁਣ ਬਾਈ ਕੰਡੇ ਵਾਲਾ ਕਿੰਨਾ ਕਹੂਗਾ? 15। ਠੀਕ ਆ, ਅਤੇ ਹੋਰ ਵੱਧ ਸਕਦੀ ਆ? ਖੁਰਾਕ ਸੇਵਾ ਨਾ, ਹੈ ਨਾ? ਠੀਕ ਆ। ਨਹੀਂ ਫਿਰ ਜਿਵੇਂ 7-8 ਦਿਨਾਂ ਦੀ ਸੂਈ ਵੀ ਆ, ਵੀ ਫਿਰ ਤਾਂ ਅਜੇ ਕੜੋ ਵੀ ਨਹੀਂ ਚੱਲੀ ਹੋਣੀ, ਹੈ ਨਾ? ਫਿਰ ਤਾਂ ਵੱਧ ਹੀ ਸਕਦੀ ਆ। ਚੱਲ ਆਪਾਂ 14-15 ਹੀ ਮੰਨ ਲੱਗੇ, ਹੈ ਨਾ? ਠੀਕ ਆ, ਅਤੇ ਇਹਦਾ ਮੁੱਲ ਬਾਈ? ਇੱਕ 30। ਕਿੰਨੇ ਦੀ ਛੱਡਣੀ ਆ ਲਾਸਟ? ਹਾਂ ਨਾ, ਕਿੰਨੇ ਦੀ ਆ? 1-20 ਦੀ, ਬਾਕੀ ਮੌਕੇ 'ਤੇ ਹੋਜੂ, ਹੈ ਨਾ? ਠੀਕ ਆ ਬਾਈ। ਅਤੇ ਜਿਹੜੀ ਇਹ ਬਾਈ ਆਪਾਂ ਦੂਜੇ ਨੰਬਰ 'ਤੇ ਤੋਰ ਕੇ ਦਿਖਾਈ ਸੀਗੀ, ਇਹ ਕਿਹੜੇ ਸੂਏ ਸੂਈ ਵੀ ਹੈਗੀ? ਇਹ ਵੀ ਤੀਜੀ ਆ। ਇਹਨੂੰ ਕਿੰਨੇ ਦਿਨ ਹੋ ਗਏ? 7-8 ਦਿਨ ਇਹਨੂੰ ਹੋ ਗਏ। ਇਹਦੇ ਮਗਰ ਬੱਚਾ ਕੀ ਆ? ਇਹਦੇ ਮਗਰ ਘੱਟਾ ਹੈਗਾ। ਠੀਕ ਆ, ਅਤੇ ਦੁੱਧ ਕਿੰਨਾ ਹੋਊਗਾ? 12 ਲੀਟਰ ਦੁੱਧ। ਠੀਕ ਆ, ਅਤੇ ਮੁੱਲੇ ਦਾ ਬਾਈ? 1-15। ਇਹ ਕਿੰਨੇ ਦੀ ਹੋਜੂ ਲਾਸਟ? ਇਹ 1-5 ਦੀ ਹੋਜੂ। ਠੀਕ ਆ, ਦੋਲੇ ਗਏ ਬਾਈ? ਠੀਕ ਆ, ਅਤੇ ਕੰਮ ਆਪਣਾ ਬਾਈ ਵਪਾਰ ਦਾ ਹੀ ਹੈਗਾ? ਠੀਕ ਆ, ਅਤੇ ਘਰ ਪਸ਼ੂ ਕਿੰਨੇ ਕੁ ਹੁੰਦੇ ਹੈਗੇ ਆਪਣੇ ਕੋਲ? ਕਾਫੀ ਹੁੰਦੇ ਹੈਗੇ। ਗਾਈਆਂ ਦਾ ਵੀ ਨਾਲ? ਗਾਈਆਂ ਵੀ ਮਿਲ ਜਾਣਗੀਆਂ। ਅਤੇ ਮੱਝਾਂ ਬਾਈ ਜੇ ਕੋਈ ਘਰੋਂ ਤਸੱਲੀ ਕਰਕੇ ਖਰੀਦਣਾ ਚਾਹੁੰਦਾ ਹੋਵੇ ਪਸ਼ੂ ਕੋਈ ਵੀ, ਜਾਂ ਗਾਈਆਂ, ਅਤੇ ਘਰੋਂ ਚੋ ਕੇ ਤਸੱਲੀ ਕਰਕੇ ਖਰੀਦ ਸਕਦਾ ਹੈਗਾ? ਠੀਕ ਆ, ਕਿਹੜਾ ਏਰੀਆ ਆਪਣਾ ਬਾਈ? ਬਾਲਿਆਂ ਵਾਲੀ, ਜ਼ਿਲ੍ਹਾ ਬਠਿੰਡਾ। ਠੀਕ ਆ, ਰਾਮਪੁਰੇ ਦੇ ਕੋਲ ਹੀ, ਹੈ ਨਾ? ਅਤੇ ਆਪਣਾ ਨੰਬਰ ਜੀ? 90-4-13-41-6-96। ਠੀਕ ਆ ਬਾਈ, ਧੰਨਵਾਦ। ਲਓ ਵੀ ਦੋਸਤੋ, ਇਸ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਬਾਈ ਦੇ ਨਾਲ, ਜਿਹਨੂੰ ਵੀ ਇਹਨਾਂ ਦੋਵਾਂ ਮੱਝਾਂ 'ਚੋਂ ਕੋਈ ਮੱਝ ਪਸੰਦ ਆਉਂਦੀ ਹੈਗੀ, ਅਤੇ ਆਹ ਮੱਝ ਜਾਣੀ ਕਿ ਜ਼ਿਆਦਾ ਚੰਗੀ ਹੈਗੀ, ਜਿਹੜੀ ਤੁਹਾਨੂੰ ਆਪਾਂ ਨੀਲੀ ਰਾਵ ਦੇ ਵਿੱਚ ਦਿਖਾਈ ਹੈਗੀ, ਅਤੇ ਆ ਜੋ ਤੁਹਾਨੂੰ ਆਪਾਂ ਚੰਗੇ ਪਸ਼ੂ ਅੱਗੇ ਹੋਰ ਦਿਖਾਉਂਦੇ ਹਾਂ।